ਡਾਕਟਰ ਸੁਮਿਤਾ ਸੋਫਤ ਨੂੰ ਆਕਸਫੋਰਡ ਇੰਗਲੈਂਡ ਨੇ ਆਨਰੇਰੀ ਪ੍ਰੋਫੈਸਰ ਆਫ ਅਕੈਡਮਿਕ ਯੂਨੀਅਨ ਦੀ ਪਦਵੀ ਦਿੱਤੀ। 24 ਸਾਲਾਂ ਵਿੱਚ ਬਾਂਝਪਨ ਦੇ ਇਲਾਜ ਦੇ ਖੇਤਰ ਵਿੱਚ ਦਿੱਤੇ ਯੋਗਦਾਨ ਦੀ ਬਦੌਲਤ ਹੀ ਮਿਲਿਆ ਇਹ ਸਨਮਾਨ। ਰੋਜ਼ ਗਾਰਡਨ ਦੇ ਨਜ਼ਦੀਕ ਸਥਿਤ ਡਾਕਟਰ ਸੁਮਿਤਾ ਸੋਫਤ ਟੈਸਟ ਟਿਊਬ ਬੇਬੀ ਸੈਂਟਰ ਦੀ ਇਨਫਰਟੀਲਿਟੀ ਸਪੈਸ਼ਲਿਸਟ ਡਾਕਟਰ ਸੁਮਿਤਾ ਸੋਫਤ ਨੇ ਲੁਧਿਆਣਾ ਦਾ ਮਾਣ ਵਧਾਇਆ ਹੈ। ਉਹਨਾਂ ਨੂੰ ਆਕਸਫੋਰਡ ਇੰਗਲੈਂਡ ਦੇ ਵੱਲੋਂ ਆਨਰੇਰੀ ਪ੍ਰੋਫੈਸਰ ਆਫ ਅਕੈਡਮਿਕ ਯੂਨੀਅਨ ਦੇ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਪਾਉਣ ਵਾਲੀ ਉਹ ਇਕੱਲੀ ਭਾਰਤੀ ਡਾਕਟਰ ਨੇ। ਬਾਂਝਪਨ ਦੇ ਇਲਾਜ ਦੇ ਖੇਤਰ ਵਿੱਚ ਪਿਛਲੇ 24 ਸਾਲਾਂ ਵਿੱਚ ਦਿੱਤੇ ਗਏ ਆਪਣੇ ਖਾਸ ਯੋਗਦਾਨ ਦੇ ਲਈ ਉਹਨਾਂ ਨੂੰ ਇਹ ਸਨਮਾਨ ਆਕਸਫੋਰਡ ਟਾਊਨ ਹਾਲ ਵਿੱਚ ਆਯੋਜਿਤ ਪ੍ਰੋਗਰਾਮ ਸੈਕਰੋਟਰੀ ਸੈਰਮਨੀ ਦੇ ਦੌਰਾਨ ਦਿੱਤਾ ਗਿਆ। ਇਸ ਵਿੱਚ ਨਾਈਜੀਰੀਆ, ਪਾਕਿਸਤਾਨ, ਇੰਗਲੈਂਡ, ਮੰਗੋਲੀਆ, ਜਰਮਨੀ, ਸਾਊਥ ਅਫਰੀਕਾ, ਡੈਨਮਾਰਕ, ਆਸਟ੍ਰੇਲੀਆ ਸਮੇਤ ਦੁਨੀਆ ਦੇ ਕਈ ਦੇਸ਼ਾਂ ਤੋਂ ਵਿਭਿੰਨ ਸਪੈਸ਼ਲਿਟੀਜ਼ ਦੇ ਮਾਹਿਰ ਪਹੁੰਚੇ ਸਨ। ਡਾਕਟਰ ਸੁਮਿਤਾ ਸੋਫਤ ਪਿਛਲੇ 24 ਸਾਲ ਦੇ ਦੌਰਾਨ 20,000 ਤੋਂ ਜ਼ਿਆਦਾ ਬਾਂਝਪਨ ਨਾਲ ਜੂਝ ਰਹੇ ਜੋੜਿਆਂ ਦਾ ਇਲਾਜ ਕਰ ਚੁੱਕੇ ਨੇ ਅਤੇ ਉਹਨਾਂ ਨੂੰ ਔਲਾਦ ਸੁੱਖ ਹਾਸਲ ਕਰਵਾ ਚੁੱਕੇ ਨੇ। ਇਸ ਦੌਰਾਨ ਮੈਡੀਕਲ ਸਾਇੰਸ ਦੀਆਂ ਨਵੀਆਂ ਤਕਨੀਕਾਂ, ਇਕਸੀ ਵਿਧੀ, ਟਿਸ਼ੂ ਫ੍ਰੀਜ਼ਿੰਗ ਨੂੰ ਨਾਰਥ ਇੰਡੀਆ ਵਿੱਚ ਸ਼ੁਰੂ ਕਰਨ ਦਾ ਸ਼੍ਰੇਅ ਵੀ ਇਹਨਾਂ ਨੂੰ ਪ੍ਰਾਪਤ ਹੈ। 5 ਸਾਲ ਪਹਿਲਾਂ ਡਾਕਟਰ ਸੁਮਿਤਾ ਸੋਫਤ ਨੇ ਇੱਕ ਵਿਅਕਤੀ ਦੀ ਮੌਤ ਦੇ 3 ਘੰਟੇ ਦੇ ਅੰਦਰ ਉਸਦੇ ਸ਼ੁਕਰਾਣੂ ਲੈ ਕੇ ਫ੍ਰੀਜ਼ ਕਰ ਦਿੱਤੇ ਸਨ, ਜਿਸ ਨਾਲ ਉਸ ਵਿਅਕਤੀ ਦੀ ਮੌਤ ਦੇ ਬਾਅਦ ਵੀ ਉਸਦੀ ਪਤਨੀ ਮਾਂ ਬਣ ਸਕੀ। ਇਹਨਾਂ ਉਪਲਬਧੀਆਂ ਦੀ ਬਦੌਲਤ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਜੇਪੀ ਨੱਡਾ, ਸੁਖਬੀਰ ਸਿੰਘ ਬਾਦਲ, ਬ੍ਰਹਮ ਮਹਿੰਦਰਾ ਸਮੇਤ ਕਈ ਰਾਜਾਂ ਦੇ ਮੁੱਖ ਮੰਤਰੀਆਂ ਦੇ ਹੱਥੋਂ ਸਨਮਾਨ ਮਿਲ ਚੁੱਕਿਆ ਹੈ। ਇਹ ਸਨਮਾਨ ਮਿਲਣ ਤੇ ਡਾਕਟਰ ਸੁਮਿਤਾ ਸੋਫਤ ਨੇ ਕਿਹਾ ਕਿ ਜਦ ਸਨਮਾਨ ਦੇ ਜ਼ਰੀਏ ਤੁਹਾਡੇ ਕੀਤੇ ਗਏ ਕੰਮ ਨੂੰ ਮਾਨਤਾ ਅਤੇ ਉਤਸ਼ਾਹਿਤ ਕੀਤਾ ਜਾਂਦਾ ਹੈ ਤਾਂ ਉਸਦੇ ਨਾਲ ਹੋਰ ਜ਼ਿਆਦਾ ਨਿਸ਼ਠਾ ਨਾਲ ਕੰਮ ਕਰਨ ਦੀ ਊਰਜਾ ਮਿਲਦੀ ਹੈ। ਉਹਨਾਂ ਨੇ ਕਿਹਾ ਕਿ ਮੈਡੀਕਲ ਸਾਇੰਸ ਵਿੱਚ ਬਾਂਝਪਨ ਦੇ ਇਲਾਜ ਦੇ ਖੇਤਰ ਵਿੱਚ ਲਗਾਤਾਰ ਨਵੀਆਂ ਖੋਜਾਂ ਹੋ ਰਹੀਆਂ ਨੇ, ਜਿਸ ਨਾਲ ਹੁਣ ਬਾਰ-ਬਾਰ IVF ਦੇ ਅਸਫਲ ਹੋਣ ਤੋਂ ਮਾਯੂਸ ਹੋ ਚੁੱਕੇ ਬੇਔਲਾਦ ਜੋੜੇ ਵੀ ਸੰਤਾਨ ਸੁੱਖ ਹਾਸਲ ਕਰ ਸਕਦੇ ਨੇ। ਨਾਲ ਹੀ ਉਹਨਾਂ ਨੇ ਦੱਸਿਆ ਕਿ ਨਵੀਆਂ ਤਕਨੀਕਾਂ ਨਾਲ ICSI ਅਤੇ IVF ਦੇ ਇਲਾਜ ਦੀ ਸਫਲਤਾ ਦਰ ਵਧਾਈ ਜਾ ਸਕਦੀ ਹੈ। ਜਿਹੜਾ ਸੀ ਅਕੈਡਮਿਕ ਯੂਨੀਅਨ ਆਕਸਫੋਰਡ ਵਿੱਚ ਦਿੱਤਾ ਗਿਆ ਹੈ, 27 ਸਤੰਬਰ 2019 ਵਿੱਚ ਪ੍ਰੋਗਰਾਮ ਹੋਇਆ, ਜਿਹੜੇ ਕਿ ਆਕਸਫੋਰਡ ਵਿੱਚ ਹੋਇਆ ਹੈ, ਲੰਡਨ ਵਿੱਚ ਹੋਇਆ। ਉਹਨਾਂ ਆਕਸਫੋਰਡ ਯੂਨੀਅਨ ਜਿਹੜੀ ਬਣੀ ਹੋਈ ਹੈ, ਉਹਨਾਂ ਨੇ ਕ੍ਰਾਈਟੀਰੀਆ ਰੱਖਿਆ ਹੋਇਆ ਕਿ ਜਿਹੜੇ ਵੀ ਕਿਸੇ ਵੀ ਖੇਤਰ ਦੇ ਮਹਾਂ ਡਾਕਟਰ ਹੈ ਜਾਂ ਜਿਵੇਂ ਕਿ ਬਾਂਝਪਨ ਦੇ ਮਹਾਂ ਡਾਕਟਰ ਹੈ, ਉਹਨਾਂ ਨੂੰ ਚੁਣਿਆ ਗਿਆ ਅਤੇ ਉਹਨਾਂ ਨੂੰ ਆਕਸਫੋਰਡ ਦੇ ਅਕੈਡਮਿਕ ਯੂਨੀਅਨ ਵੱਲੋਂ ਆਨਰੇਰੀ ਪ੍ਰੋਫੈਸਰ ਦਾ ਖਿਤਾਬ ਦਿੱਤਾ ਗਿਆ ਹੈ। ਇਹਦੇ ਵਿੱਚ ਜਿਹੜੇ ਵੀ ਸਾਡੇ ਹਸਪਤਾਲ ਦੀ ਸਟੱਡੀਜ਼ ਹੋਣਗੇ, ਜਿਹੜੇ ਪ੍ਰੋਜੈਕਟਸ ਹੋਣਗੇ, ਉਹ ਸਾਰੇ ਆਕਸਫੋਰਡ ਲਾਇਬ੍ਰੇਰੀ ਵਿੱਚ ਰੱਖੇ ਜਾਣਗੇ, ਆਕਸਫੋਰਡ ਅਕੈਡਮਿਕ ਯੂਨੀਅਨ ਵਿੱਚ ਪੇਸ਼ ਕੀਤੇ ਜਾਣਗੇ ਅਤੇ ਉਹਨਾਂ ਦੇ ਨਾਲ ਮਿਲ ਕੇ ਜਿਹੜੀ ਹੈ ਸਟੱਡੀਜ਼ 'ਤੇ ਰਿਸਰਚ ਕੀਤੀ ਜਾਵੇਗੀ। ਖਾਸ ਤੌਰ 'ਤੇ ਪੰਜਾਬ ਦਾ ਪਹਿਲਾ ਮਾਮਲਾ ਹੈ, ਤੁਹਾਨੂੰ ਪਹਿਲੀ ਵਾਰ ਕਿਸੇ ਨੂੰ ਮਿਲਿਆ ਡਾਕਟਰ ਨੂੰ? ਬੜਾ ਤੁਸੀਂ ਸਹੀ ਕਿਹਾ ਕਿ ਪੰਜਾਬ ਵਿੱਚ ਇਹ ਪਹਿਲੀ ਵਾਰ ਹੋਇਆ, ਪੰਜਾਬ ਵਿੱਚ ਕੀ ਨੌਰਥ ਇੰਡੀਆ ਵਿੱਚ, ਮੇਰੇ ਖਿਆਲ ਇੰਡੀਆ ਵਿੱਚ ਹੀ ਪਹਿਲਾ ਹੋਏਗਾ ਜਿਹੜਾ ਕਿ ਬਾਂਝਪਨ ਦੇ ਵਿਸ਼ੇਸ਼ਗੇ ਨੂੰ ਮਿਲਿਆ ਹੈ। ਕਾਫੀ ਮੈਮ ਤੁਹਾਡਾ ਨਾਮ ਹੈ, ਕਾਫੀ ਵਧੀਆ ਲੋਕ ਆਉਂਦੇ ਨੇ, ਕਿੱਥੋਂ ਕਿੱਥੋਂ ਲੋਕ ਆਉਂਦੇ? ਪਹਿਲਾਂ ਕਾਫੀ ਵਾਰਡ ਮਿਲ ਚੁੱਕੇ ਤੁਹਾਨੂੰ? ਹਾਂਜੀ, ਲੋਕ ਤਾਂ ਸਾਰੇ ਮਤਲਬ ਇੰਡੀਆ ਵਿੱਚੋਂ ਆਉਂਦੇ ਆ ਅਤੇ ਬਾਹਰ ਦੇ ਮੁਲਕਾਂ ਵਿੱਚ ਜਿਹੜੇ NRI ਸੈਟਲਡ ਹੈ, ਜਿਵੇਂ ਕਿ ਕੈਨੇਡਾ, ਅਮੈਰੀਕਾ, ਇਟਲੀ, ਦੁਬਈ ਵਿੱਚ ਜਿਹੜੇ ਵੀ NRI ਸੈਟਲਡ ਹੈ, ਉਹ ਵੀ ਆਉਂਦੇ ਆ ਟ੍ਰੀਟਮੈਂਟ ਵਾਸਤੇ।